ਪੰਜਾਬੀ ਲੋਕ ਗਾਇਕਾ ਗੁਰਮੀਤ ਵਾਵਾ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਆਰਥਿਕ ਸੰਕਟ ਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦੀ ਧੀ ਗਲੋਰੀ ਵਾਵਾ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਸੀ। ਤਾਂ ਹੁਣ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਵੱਲੋਂ ਉਹਨਾਂ ਦੇ ਅਕਾਊਂਟ ਦੇ ਵਿੱਚ 25 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ ਨੇ। ਤਾਂ ਵੱਡੀ ਰਾਸ਼ੀ ਆ ਜਿਹੜੀ ਉਹ ਗਲੋਰੀ ਵਾਵਾ ਦੇ ਅਕਾਊਂਟ ਦੇ ਵਿੱਚ ਆਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਦੇ ਵੱਲੋਂ ਵੀ 1 ਲੱਖ ਦੀ ਸਹਾਇਤਾ ਦਿੱਤੀ ਗਈ ਸੀ, ਆਪਣੀ 1 ਮਹੀਨੇ ਦੀ ਤਨਖਾਹ ਗਲੋਰੀ ਵਾਵਾ ਨੂੰ ਦਿੱਤੀ ਗਈ ਸੀ। ਔਰ ਦੂਜੇ ਬੰਨੇ ਪ੍ਰਸ਼ਾਸਨ ਦੇ ਵੱਲੋਂ ਵੀ 1 ਲੱਖ ਦਾ ਚੈੱਕ ਗਲੋਰੀ ਵਾਵਾ ਨੂੰ ਸੌਂਪਿਆ ਗਿਆ ਸੀ। ਤਾਂ ਹੁਣ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਜੋ ਇੱਕ ਦਿੱਗਜ ਅਦਾਕਾਰ ਨੇ, ਉਹਨਾਂ ਦੇ ਵੱਲੋਂ ਗੁਰਮੀਤ ਵਾਵਾ ਦੀ ਧੀ ਗਲੋਰੀ ਵਾਵਾ ਦੀ ਆਰਥਿਕ ਸਹਾਇਤਾ ਕੀਤੀ ਹੈ, ਸਿੱਧਾ ਉਹਨਾਂ ਦੇ ਅਕਾਊਂਟ ਦੇ ਵਿੱਚ 25 ਲੱਖ ਰੁਪਇਆ ਟ੍ਰਾਂਸਫਰ ਕੀਤਾ ਹੈ। ਦੱਸ ਦਿਓ ਕਿ ਗਲੋਰੀ ਵਾਵਾ ਇਸ ਵੇਲੇ ਆਰਥਿਕ ਸੰਕਟ ਦੇ ਨਾਲ ਜੂਝ ਰਹੇ ਸੀ। ਉਹਨਾਂ ਦੀਆਂ ਦੁਕਾਨਾਂ 'ਤੇ ਦੁਕਾਨਦਾਰਾਂ ਦੇ ਵੱਲੋਂ ਕਬਜ਼ੇ ਕੀਤੇ ਗਏ ਸੀ, ਜਿਸ ਨੂੰ ਲੈ ਕੇ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਹਾਇਤਾ ਦੀ ਗੁਹਾਰ ਲਗਾਈ ਸੀ, ਕਿਉਂਕਿ ਗੁਰਮੀਤ ਵਾਵਾ ਲੋਕ ਗਾਇਕਾ ਸਨ ਔਰ ਉਹਨਾਂ ਦੇ ਨਾਲ ਗਲੋਰੀ ਵਾਵਾ ਅਤੇ ਉਹਨਾਂ ਦੀ ਭੈਣ ਸ਼ੋਅ ਕਰਦੇ ਰਹੇ। ਤਾਂ ਹੁਣ ਗਲੋਰੀ ਵਾਵਾ ਨੂੰ ਕਿਤੇ ਨਾ ਕਿਤੇ ਰਾਹਤ ਆ ਜਿਹੜੀ ਉਹ ਜ਼ਰੂਰ ਮਿਲੀ ਹੈ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਹੋਰਾਂ ਦੇ ਵੱਲੋਂ ਉਹਨਾਂ ਦੇ ਅਕਾਊਂਟ ਵਿੱਚ 25 ਲੱਖ ਰੁਪਇਆ ਟ੍ਰਾਂਸਫਰ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਵੀ ਆਪਣੀ 1 ਮਹੀਨੇ ਦੀ ਤਨਖਾਹ ਦਿੱਤੀ ਗਈ ਸੀ ਔਰ ਪ੍ਰਸ਼ਾਸਨ ਦੇ ਵੱਲੋਂ ਵੀ 1 ਲੱਖ ਦਾ ਚੈੱਕ ਗਲੋਰੀ ਵਾਵਾ ਨੂੰ ਦਿੱਤਾ ਗਿਆ ਸੀ। ਉਹਨਾਂ ਦੇ ਵੱਲੋਂ ਫੇਸਬੁੱਕ 'ਤੇ ਪੋਸਟ ਪਾਈ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕਿਵੇਂ ਆਰਥਿਕ ਸੰਕਟ ਦੇ ਨਾਲ ਜੂਝ ਰਹੇ ਨੇ ਔਰ ਉਹਨਾਂ ਦੀਆਂ ਦੁਕਾਨਾਂ 'ਤੇ ਕਬਜ਼ੇ ਹੋ ਚੁੱਕੇ ਨੇ, ਜਿਸ ਤੋਂ ਬਾਅਦ ਵੀਡੀਓ ਅੱਗ ਦੀ ਤਰ੍ਹਾਂ ਫੈਲ ਗਈ। ਲਗਾਤਾਰ ਹੁਣ ਉਹਨਾਂ ਦੀ ਸਹਾਇਤਾ ਦੇ ਲਈ ਵੱਖ-ਵੱਖ ਸ਼ਖਸੀਅਤਾਂ, ਨਾਮੀ ਚਿਹਰੇ ਅੱਗੇ ਆ ਰਹੇ ਨੇ। ਪੰਜਾਬੀ ਲੋਕ ਗਾਇਕਾ ਗੁਰਮੀਤ ਵਾਵਾ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ 'ਤੇ ਆਰਥਿਕ ਸੰਕਟ ਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦੀ ਧੀ ਗਲੋਰੀ ਵਾਵਾ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਸੀ। ਤਾਂ ਹੁਣ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਵੱਲੋਂ ਉਹਨਾਂ ਦੇ ਅਕਾਊਂਟ ਦੇ ਵਿੱਚ 25 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ ਨੇ। ਤਾਂ ਵੱਡੀ ਰਾਸ਼ੀ ਆ ਜਿਹੜੀ ਉਹ ਗਲੋਰੀ ਵਾਵਾ ਦੇ ਅਕਾਊਂਟ ਦੇ ਵਿੱਚ ਆਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਦੇ ਵੱਲੋਂ ਵੀ 1 ਲੱਖ ਦੀ ਸਹਾਇਤਾ ਦਿੱਤੀ ਗਈ ਸੀ, ਆਪਣੀ 1 ਮਹੀਨੇ ਦੀ ਤਨਖਾਹ ਗਲੋਰੀ ਵਾਵਾ ਨੂੰ ਦਿੱਤੀ ਗਈ ਸੀ। ਔਰ ਦੂਜੇ ਬੰਨੇ ਪ੍ਰਸ਼ਾਸਨ ਦੇ ਵੱਲੋਂ ਵੀ 1 ਲੱਖ ਦਾ ਚੈੱਕ ਗਲੋਰੀ ਵਾਵਾ ਨੂੰ ਸੌਂਪਿਆ ਗਿਆ ਸੀ। ਤਾਂ ਹੁਣ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਜੋ ਇੱਕ ਦਿੱਗਜ ਅਦਾਕਾਰ ਨੇ, ਉਹਨਾਂ ਦੇ ਵੱਲੋਂ ਗੁਰਮੀਤ ਵਾਵਾ ਦੀ ਧੀ ਗਲੋਰੀ ਵਾਵਾ ਦੀ ਆਰਥਿਕ ਸਹਾਇਤਾ ਕੀਤੀ ਹੈ, ਸਿੱਧਾ ਉਹਨਾਂ ਦੇ ਅਕਾਊਂਟ ਦੇ ਵਿੱਚ 25 ਲੱਖ ਰੁਪਇਆ ਟ੍ਰਾਂਸਫਰ ਕੀਤਾ ਹੈ। ਦੱਸ ਦਿਓ ਕਿ ਗਲੋਰੀ ਵਾਵਾ ਇਸ ਵੇਲੇ ਆਰਥਿਕ ਸੰਕਟ ਦੇ ਨਾਲ ਜੂਝ ਰਹੇ ਸੀ। ਉਹਨਾਂ ਦੀਆਂ ਦੁਕਾਨਾਂ 'ਤੇ ਦੁਕਾਨਦਾਰਾਂ ਦੇ ਵੱਲੋਂ ਕਬਜ਼ੇ ਕੀਤੇ ਗਏ ਸੀ, ਜਿਸ ਨੂੰ ਲੈ ਕੇ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਹਾਇਤਾ ਦੀ ਗੁਹਾਰ ਲਗਾਈ ਸੀ, ਕਿਉਂਕਿ ਗੁਰਮੀਤ ਵਾਵਾ ਲੋਕ ਗਾਇਕਾ ਸਨ ਔਰ ਉਹਨਾਂ ਦੇ ਨਾਲ ਗਲੋਰੀ ਵਾਵਾ ਅਤੇ ਉਹਨਾਂ ਦੀ ਭੈਣ ਸ਼ੋਅ ਕਰਦੇ ਰਹੇ। ਤਾਂ ਹੁਣ ਗਲੋਰੀ ਵਾਵਾ ਨੂੰ ਕਿਤੇ ਨਾ ਕਿਤੇ ਰਾਹਤ ਆ ਜਿਹੜੀ ਉਹ ਜ਼ਰੂਰ ਮਿਲੀ ਹੈ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਹੋਰਾਂ ਦੇ ਵੱਲੋਂ ਉਹਨਾਂ ਦੇ ਅਕਾਊਂਟ ਵਿੱਚ 25 ਲੱਖ ਰੁਪਇਆ ਟ੍ਰਾਂਸਫਰ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਵੀ ਆਪਣੀ 1 ਮਹੀਨੇ ਦੀ ਤਨਖਾਹ ਦਿੱਤੀ ਗਈ ਸੀ ਔਰ ਪ੍ਰਸ਼ਾਸਨ ਦੇ ਵੱਲੋਂ ਵੀ 1 ਲੱਖ ਦਾ ਚੈੱਕ ਗਲੋਰੀ ਵਾਵਾ ਨੂੰ ਦਿੱਤਾ ਗਿਆ ਸੀ। ਉਹਨਾਂ ਦੇ ਵੱਲੋਂ ਫੇਸਬੁੱਕ 'ਤੇ ਪੋਸਟ ਪਾਈ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕਿਵੇਂ ਆਰਥਿਕ ਸੰਕਟ ਦੇ ਨਾਲ ਜੂਝ ਰਹੇ ਨੇ ਔਰ ਉਹਨਾਂ ਦੀਆਂ ਦੁਕਾਨਾਂ 'ਤੇ ਕਬਜ਼ੇ ਹੋ ਚੁੱਕੇ ਨੇ, ਜਿਸ ਤੋਂ ਬਾਅਦ
ਵੀਡੀਓ ਅੱਗ ਦੀ ਤਰ੍ਹਾਂ ਫੈਲ ਗਈ। ਲਗਾਤਾਰ ਹੁਣ ਉਹਨਾਂ ਦੀ ਸਹਾਇਤਾ ਦੇ ਲਈ ਵੱਖ-ਵੱਖ ਸ਼ਖਸੀਅਤਾਂ, ਨਾਮੀ ਚਿਹਰੇ ਅੱਗੇ ਆ ਰਹੇ ਨੇ।